ਰਾਜਵਿੰਦਰ ਸਾਹਿਬ, ਇੱਕ 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 ਛੋਟੇ ਜਿਹੇ ਸਵਾਲ ਹੋ ਰਿਹਾ ਕਿ ਲਾਅ ਐਂਡ ਆਰਡਰ, ਜਿੱਦਾਂ ਤੁਸੀਂ ਵੀ ਕਿਹਾ ਕਿ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਕਈ ਚੀਜ਼ਾਂ ਉੱਥੇ, ਜਿਹੜਾ ਸਿਚੁਏਸ਼ਨ ਹੁਣ ਬਣ ਰਹੀ, ਅੱਜ ਮੀਟਿੰਗ ਹੋਣ ਵਾਲੀ ਹੈ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਹਾਲਾਂਕਿ ਤੁਸੀਂ ਮੰਗ ਕੀਤੀ ਹੈ ਕਿ ਐਸਪੀ ਤੇ ਜਿਹੜੇ ਗ੍ਰਹਿ ਮੰਤਰੀ ਉਹਨਾਂ ਤੇ ਹੋਏ, ਲੇਕਿਨ ਜਿਸ ਪਾਸੇ ਦੋਵੇਂ ਪਾਸੇ ਜਿਹੜੀ ਸਿਚੁਏਸ਼ਨ ਬਣ ਰਹੀ ਹੈ, ਉੱਤੋਂ ਪਾਸੇ ਜਿਹੜੀ ਹੈਗੀ ਹੈ ਅੰਦਰੂ ਗੈਸ ਦੇ ਗੋਲੇ ਜਾਂ ਫਿਰ ਜਿਸ ਤਰ੍ਹਾਂ ਦੀ ਹੋ ਰਹੀ ਹੈ, ਕਾਂਗਰਸ ਕੀ ਚਾਹੁੰਦੀ ਹੈ ਐਕਚੁਅਲ? ਵੇਖੋ, ਦੋਨੇ ਪਾਸੇ ਸਥਿਤੀ ਕੀ ਪੈਦਾ ਹੋ ਰਹੀ ਹੈ। ਸਾਡੇ ਵਾਲੇ ਤਾਂ ਅੰਦਰੂ ਗੈਸ ਦੇ ਗੋਲੇ ਸਿੱਟਦੇ ਆ, ਸਾਡੇ ਵਾਲੇ ਬੋਰੀਆਂ ਲੈ ਕੇ ਉਹਨੂੰ ਬੁਝਾਉਣ ਦਾ ਕੰਮ ਕਰਦੇ ਆ। ਸਾਡੇ ਵਾਲਿਆਂ ਵੱਲੋਂ, ਕਿਸਾਨਾਂ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਹੀਂ ਕੀਤੀ ਗਈ, ਨਾ ਗੋਲੀ ਚਲਾਈ ਗਈ ਹੈ, ਨਾ ਕੋਈ ਅਥਰੂ ਗੈਸ ਸਿੱਟਿਆ ਗਿਆ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਇਹ ਪੀਸਫੁਲ ਪ੍ਰੋਟੈਸਟ ਕਰ ਰਹੀ ਸੀ ਕਿਸਾਨ ਯੂਨੀਅਨ, ਤੁਸੀਂ ਉਹਨਾਂ ਨਾਲ ਮੀਟਿੰਗਸ ਕਰੋ। ਤੁਹਾਨੂੰ ਪਤਾ ਹੈ ਤੁਹਾਡੀ ਇੰਟੈਲੀਜੈਂਸ ਫੇਲੀਅਰ ਹੈ ਕਿ ਕਿਸਾਨ ਨੇ ਕਹਿਤਾ ਸੀ ਕਿ ਅਸੀਂ ਆ ਰਹੇ ਹਾਂ, ਕੂਚ ਕਰ ਰਹੇ ਹਾਂ। ਤੁਹਾਡੇ ਜਿਹੜੇ ਮੰਤਰੀ ਤੇ ਮੀਟਿੰਗਸ ਹੁਣ ਕਰ ਰਹੇ ਹੈ, ਇਹ ਪਹਿਲਾਂ ਕਰ ਲਓ। ਅਸੀਂ ਕਿਦੋਂ ਕਹਿੰਦੇ ਹਾਂ ਜੋ ਕਿਸਾਨ ਦੀਆਂ ਮੰਗਾਂ ਹੈ ਉਹ ਮੰਨ ਲਓ, ਇਹ ਪ੍ਰੋਟੈਸਟ ਹੋਣ ਹੀ ਨਾ ਦਿਓ। ਕਿਉਂ ਸੜਕਾਂ ਤੇ ਖੱਜਲ ਖੁਆਰੀ ਲੋਕਾਂ ਦੀ ਹੋਵੇ ਜਾਂ ਆਮ ਜਨਤਾ ਦੀ ਹੋਵੇ? ਨਹੀਂ, ਹਾਂ ਕਿਉਂ ਹੋਵੇ? ਪਰ ਇਹਦਾ ਜ਼ਿੰਮੇਦਾਰ ਕੌਣ ਹੈ? ਭਾਰਤ ਸਰਕਾਰ, ਕੇਂਦਰ ਸਰਕਾਰ, ਜਿਹਨੇ ਬੈਠ ਕੇ ਗੱਲ ਨਹੀਂ ਕੀਤੀ। ਹੁਣ ਉਹਨਾਂ ਨੇ ਕਿਹਾ, ਹਦਾਇਤਾਂ ਦਿੱਤੀਆਂ ਮੋਦੀ ਸਾਹਿਬ ਨੇ ਕਿ ਬਾਰਡਰ ਨਹੀਂ ਪਾਰ ਹੋਣੇ ਚਾਹੀਦੇ, ਜੇ ਬਾਰਡਰ ਪਾਰ ਹੋ ਗਏ ਤਾਂ ਤੁਸੀਂ ਬੰਦੇ ਮਾਰ ਦਿਓ ਜਿੰਨੇ ਮਰਦੇ। ਇਸ ਤਰ੍ਹਾਂ ਥੋੜੀ ਹੁੰਦਾ ਯਾਰ। ਕਈ ਸਿਚੁਏਸ਼ਨਸ ਨੇ ਜਿਹੜੀ ਰਾਜਾ ਵੜਿੰਗ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੁਣ ਬਣੀ ਹੋਈ ਹੈ, ਲਾਅ ਐਂਡ ਆਰਡਰ ਕੋਈ ਖਰਾਬ ਨਹੀਂ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ, ਬਲਕਿ ਦੂਜੇ ਪਾਸੇ ਸਿਚੁਏਸ਼ਨ ਜਿਹੜੀ ਹੈ ਉਹ ਕ੍ਰੀਏਟ ਕੀਤੀ ਜਾ ਰਹੀ ਹੈ। ਤੇ ਅੱਜ ਮੁੱਖ ਮੰਤਰੀ ਨੂੰ ਇੱਕ ਲੈਟਰ ਦਿੱਤਾ ਗਿਆ ਪੂਰੀ ਕਾਂਗਰਸ ਪਾਰਟੀ ਵੱਲੋਂ, ਉਹਦੇ ਵਿੱਚ ਕਿਹਾ ਗਿਆ ਹੈ ਕਿ ਅਨਿਲ ਵਿਜ ਗ੍ਰਹਿ ਮੰਤਰੀ ਤੇ ਐਸਪੀ ਅੰਬਾਲਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ, FIR ਕੀਤੀ ਜਾਵੇ, ਕਿ ਪੰਜਾਬ ਚ ਮੌਜੂਦ ਜਿਹੜੇ ਬੈਠੇ ਨੇ ਉੱਥੇ ਕਿਸਾਨ, ਉਹਨਾਂ ਤੇ ਕਿਸ ਤਰ੍ਹਾਂ ਇਹ ਹਮਲਾ ਕੀਤਾ ਜਾ ਰਿਹਾ, ਕਿਸ ਤਰ੍ਹਾਂ ਸਿਚੁਏਸ਼ਨ ਜਿਹੜੀ ਹੈ ਕ੍ਰੀਏਟ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜੇ ਅਸੀਂ ਗੱਲ ਕਰੀਏ, ਹਰਿਆਣਾ ਸਰਕਾਰ ਸੀਨੀਅਰ ਆਫਿਸਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਾਰ ਬਾਰ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਅੱਗੇ ਨਾ ਵਧੋ, ਪੀਸਫੁਲ ਜਿਹੜਾ ਪ੍ਰੋਟੈਸਟ ਜੇ ਤੁਸੀਂ ਕਰਨਾ ਹੈ ਤਾਂ ਤੁਸੀਂ ਉੱਥੇ ਬਹਿ ਕੇ ਪ੍ਰੋਟੈਸਟ ਕਰੋ। ਚੰਡੀਗੜ੍ਹ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਰਾਜਵਿੰਦਰ ਸਾਹਿਬ, ਇੱਕ ਛੋਟੇ ਜਿਹੇ ਸਵਾਲ ਹੋ ਰਿਹਾ ਕਿ ਲਾਅ ਐਂਡ ਆਰਡਰ, ਜਿੱਦਾਂ ਤੁਸੀਂ ਵੀ ਕਿਹਾ ਕਿ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਕਈ ਚੀਜ਼ਾਂ ਉੱਥੇ, ਜਿਹੜਾ ਸਿਚੁਏਸ਼ਨ ਹੁਣ ਬਣ ਰਹੀ, ਅੱਜ ਮੀਟਿੰਗ ਹੋਣ ਵਾਲੀ ਹੈ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਹਾਲਾਂਕਿ ਤੁਸੀਂ ਮੰਗ ਕੀਤੀ ਹੈ ਕਿ ਐਸਪੀ ਤੇ ਜਿਹੜੇ ਗ੍ਰਹਿ ਮੰਤਰੀ ਉਹਨਾਂ ਤੇ ਹੋਏ, ਲੇਕਿਨ ਜਿਸ ਪਾਸੇ ਦੋਵੇਂ ਪਾਸੇ ਜਿਹੜੀ ਸਿਚੁਏਸ਼ਨ ਬਣ ਰਹੀ ਹੈ, ਉੱਤੋਂ ਪਾਸੇ ਜਿਹੜੀ ਹੈਗੀ ਹੈ ਅੰਦਰੂ ਗੈਸ ਦੇ ਗੋਲੇ ਜਾਂ ਫਿਰ ਜਿਸ ਤਰ੍ਹਾਂ ਦੀ ਹੋ ਰਹੀ ਹੈ, ਕਾਂਗਰਸ ਕੀ ਚਾਹੁੰਦੀ ਹੈ ਐਕਚੁਅਲ? ਵੇਖੋ, ਦੋਨੇ ਪਾਸੇ ਸਥਿਤੀ ਕੀ ਪੈਦਾ ਹੋ ਰਹੀ ਹੈ। ਸਾਡੇ ਵਾਲੇ ਤਾਂ ਅੰਦਰੂ ਗੈਸ ਦੇ ਗੋਲੇ ਸਿੱਟਦੇ ਆ, ਸਾਡੇ ਵਾਲੇ ਬੋਰੀਆਂ ਲੈ ਕੇ ਉਹਨੂੰ ਬੁਝਾਉਣ ਦਾ ਕੰਮ ਕਰਦੇ ਆ। ਸਾਡੇ ਵਾਲਿਆਂ ਵੱਲੋਂ, ਕਿਸਾਨਾਂ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਹੀਂ ਕੀਤੀ ਗਈ, ਨਾ ਗੋਲੀ ਚਲਾਈ ਗਈ ਹੈ, ਨਾ ਕੋਈ ਅੰਦਰੂ ਗੈਸ ਸਿੱਟਿਆ ਗਿਆ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਇਹ ਪੀਸਫੁਲ ਪ੍ਰੋਟੈਸਟ ਕਰ ਰਹੀ ਸੀ ਕਿਸਾਨ ਯੂਨੀਅਨ, ਤੁਸੀਂ ਉਹਨਾਂ ਨਾਲ ਮੀਟਿੰਗਸ ਕਰੋ। ਤੁਹਾਨੂੰ ਪਤਾ ਹੈ ਤੁਹਾਡੀ ਇੰਟੈਲੀਜੈਂਸ ਫੇਲੀਅਰ ਹੈ ਕਿ ਕਿਸਾਨ ਨੇ ਕਹਿਤਾ ਸੀ ਕਿ ਅਸੀਂ ਆ ਰਹੇ ਹਾਂ, ਕੂਚ ਕਰ ਰਹੇ ਹਾਂ। ਤੁਹਾਡੇ ਜਿਹੜੇ ਮੰਤਰੀ ਤੇ ਮੀਟਿੰਗਸ ਹੁਣ ਕਰ ਰਹੇ ਹੈ, ਇਹ ਪਹਿਲਾਂ ਕਰ ਲਓ। ਅਸੀਂ ਕਿਦੋਂ ਕਹਿੰਦੇ ਹਾਂ ਜੋ ਕਿਸਾਨ ਦੀਆਂ ਮੰਗਾਂ ਹੈ ਉਹ ਮੰਨ ਲਓ, ਇਹ ਪ੍ਰੋਟੈਸਟ ਹੋਣ ਹੀ ਨਾ ਦਿਓ। ਕਿਉਂ ਸੜਕਾਂ ਤੇ ਖੱਜਲ ਖੁਆਰੀ ਲੋਕਾਂ ਦੀ ਹੋਵੇ ਜਾਂ ਆਮ ਜਨਤਾ ਦੀ ਹੋਵੇ? ਹਾਂ ਕਿਉਂ ਹੋਵੇ? ਪਰ ਇਹਦਾ ਜ਼ਿੰਮੇਦਾਰ ਕੌਣ ਹੈ? ਭਾਰਤ ਸਰਕਾਰ, ਕੇਂਦਰ ਸਰਕਾਰ, ਜਿਹਨੇ ਬੈਠ ਕੇ ਗੱਲ ਨਹੀਂ ਕੀਤੀ। ਹੁਣ ਉਹਨਾਂ ਨੇ ਕਿਹਾ, ਹਦਾਇਤਾਂ ਦਿੱਤੀਆਂ ਮੋਦੀ ਸਾਹਿਬ ਨੇ ਕਿ ਬਾਰਡਰ ਨਹੀਂ ਪਾਰ ਹੋਣੇ ਚਾਹੀਦੇ, ਜੇ ਬਾਰਡਰ ਪਾਰ ਹੋ ਗਏ ਤਾਂ ਤੁਸੀਂ ਬੰਦੇ ਮਾਰ ਦਿਓ ਜਿੰਨੇ ਮਰਦੇ। ਇਸ ਤਰ੍ਹਾਂ ਥੋੜੀ ਹੁੰਦਾ ਯਾਰ। ਕਈ ਸਿਚੁਏਸ਼ਨਸ ਨੇ ਜਿਹੜੀ ਰਾਜਾ ਵੜਿੰਗ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੁਣ ਬਣੀ ਹੋਈ ਹੈ, ਲਾਅ ਐਂਡ ਆਰਡਰ ਕੋਈ ਖਰਾਬ ਨਹੀਂ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ, ਬਲਕਿ ਦੂਜੇ ਪਾਸੇ ਸਿਚੁਏਸ਼ਨ ਜਿਹੜੀ ਹੈ ਉਹ ਕ੍ਰੀਏਟ ਕੀਤੀ ਜਾ ਰਹੀ ਹੈ। ਤੇ ਅੱਜ ਮੁੱਖ ਮੰਤਰੀ ਨੂੰ ਇੱਕ ਲੈਟਰ ਦਿੱਤਾ ਗਿਆ ਪੂਰੀ ਕਾਂਗਰਸ ਪਾਰਟੀ ਵੱਲੋਂ, ਉਹਦੇ ਵਿੱਚ ਕਿਹਾ ਗਿਆ ਹੈ ਕਿ ਅਨਿਲ ਵਿਜ ਗ੍ਰਹਿ ਮੰਤਰੀ ਤੇ ਐਸਪੀ ਅੰਬਾਲਾ
ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਐਫ ਆਈ ਆਰ ਕੀਤੀ ਜਾਵੇ ਕਿ ਪੰਜਾਬ ਚ ਮੌਜੂਦ ਜਿਹੜੇ ਬੈਠੇ ਨੇ ਉੱਥੇ ਕਿਸਾਨ ਉਹਨਾਂ ਤੇ ਕਿਸ ਤਰ੍ਹਾਂ ਇਹ ਹਮਲਾ ਕੀਤਾ ਜਾ ਰਿਹਾ, ਕਿਸ ਤਰ੍ਹਾਂ ਸਿਚੁਏਸ਼ਨ ਜਿਹੜੀ ਹੈ ਕ੍ਰੀਏਟ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜੇ ਅਸੀਂ ਗੱਲ ਕਰੀਏ, ਹਰਿਆਣਾ ਸਰਕਾਰ ਸੀਨੀਅਰ ਆਫਿਸਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਾਰ ਬਾਰ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਅੱਗੇ ਨਾ ਵਧੋ, ਪੀਸਫੁਲ ਜਿਹੜਾ ਪ੍ਰੋਟੈਸਟ ਜੇ ਤੁਸੀਂ ਕਰਨਾ ਹੈ ਤਾਂ ਤੁਸੀਂ ਉੱਥੇ ਬਹਿ ਕੇ ਪ੍ਰੋਟੈਸਟ ਕਰੋ। ਚੰਡੀਗੜ੍ਹ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।